Gundeep Singh. ਜੀ ਵਾਹ ਗੁਰਦੀਪ ਸਿੰਘ, ਕਿੱਦਾਂ ਠੀਕ ਠਾਕ ਹੋ? ਹੈ ਨਰਵਸ ਤਾਂ ਨਹੀਂ? ਪੱਕੀ ਗੱਲ ਹੈ, ਸਮਾਈਲ ਕਰਦੇ ਯਾਰ, ਆਪਣੇ ਲਈ ਵੀ ਅਤੇ ਇਹਨਾਂ ਆਪਣੇ ਬੇਲੀਆਂ ਲਈ ਵੀ। ਹੁਣ ਇੱਧਰ ਚੱਲੀਏ ਆਪਾਂ, ਪੱਕੀ ਗੱਲ ਹੈ? ਕਿੱਧਰ ਚੱਲੀਏ ਫਿਰ ਆਪਾਂ? ਚਲੋ ਜੀ। ਹਾਂਜੀ ਭਾਅ ਜੀ, ਗਾਣੇ ਦੀ ਸਿਲੈਕਸ਼ਨ ਬਹੁਤ ਵਧੀਆ, ਕੰਪੋਜੀਸ਼ਨ ਬਹੁਤ ਵਧੀਆ, ਕੋਸ਼ਿਸ਼ ਵੀ ਵਧੀਆ ਸੀਗੀ ਅਤੇ ਆਲ ਓਵਰ ਠੀਕ ਸੀਗਾ ਮੇਰੇ ਵੱਲੋਂ। ਜਿਉਂਦਾ ਰਹੇ। ਥੈਂਕ ਯੂ ਸਰ। ਥੈਂਕ ਯੂ ਜੀ। ਅੱਗੇ ਸਚਿਨ ਭਾਜੀ। ਪੁੱਤਰ, ਸਭ ਤੋਂ ਇੰਪੋਰਟੈਂਟ ਚੀਜ਼ ਪਤਾ ਕੀ ਹੁੰਦੀ ਹੈ? ਜਦੋਂ ਤੁਸੀਂ ਗਾਓ, ਜਦੋਂ ਮਿਊਜ਼ਿਕ ਵੱਜ ਰਿਹਾ, ਉਦੋਂ ਜੋ ਸੁਰ ਹੈ ਗਾਣੇ ਦਾ ਉਹਨੂੰ ਆਪਣੇ ਅੰਦਰ ਵਸਾ ਲਓ, ਕਿਉਂਕਿ ਹੁਣ ਜੋ ਜਿੱਦਾਂ ਤੁਸੀਂ ਗਾਇਆ, ਤੁਸੀਂ ਸੁਰ ਤੋਂ ਕਦੇ ਚੜ੍ਹ ਰਹੇ ਸੀ, ਕਦੇ ਉਤਰ ਰਹੇ ਸੀ। ਪਤਾ ਨਾ ਸੁਰ ਚੜ੍ਹਦਾ ਜਾਂ ਉਤਰਦਾ, ਆਈਡੀਆ ਹੈ ਇਸ ਬਾਰੇ ਕਿ ਨਹੀਂ? ਥੋੜ੍ਹਾ ਬਹੁਤ ਹੈ, ਅਤੇ ਉਸ ਚੀਜ਼ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਵੱਲੋਂ ਅੱਛਾ ਐਫਰਟ ਕੀਤਾ, ਕੋਸ਼ਿਸ਼ ਬਹੁਤ ਅੱਛੀ ਕੀਤੀ, ਠੀਕ ਸੀ, ਬੁਰਾ ਨਹੀਂ ਸੀ, ਬਟ ਜਿੰਨੀ ਮੈਨੂੰ ਉਮੀਦ ਸੀ ਉਨਾ ਸ਼ਾਇਦ ਮੈਨੂੰ ਅੱਜ ਫਿਲਹਾਲ ਤਾਂ ਮਜ਼ਾ ਨਹੀਂ ਆਇਆ। ਬਾਕੀ ਤੁਸੀਂ ਅੱਛੇ ਬੱਚੇ ਹੋ ਔਰ ਮੈਨੂੰ ਲੱਗਦਾ ਕਿ ਤੁਸੀਂ ਹਮੇਸ਼ਾ ਅੱਛਾ ਗਾਓਗੇ। ਥੈਂਕ ਯੂ ਸਰ। ਗੋਡ ਬਲੈਸ ਯੂ। ਥੈਂਕ ਯੂ ਜੀ। ਅਤੇ ਰੌਸ਼ਨ ਭਾਅ ਜੀ, ਇਸ ਗਾਣੇ ਦੇ ਵਿੱਚ ਇੰਨੀ ਕੁ ਫੀਲ ਹੈ, ਇਸ ਗਾਣੇ ਦੇ ਵਿੱਚ ਇੰਨਾ ਕੁ ਮਜ਼ਾ ਹੈ, ਉਹ ਥੋੜ੍ਹਾ ਜਿਹਾ ਮਿਸਿੰਗ ਲੱਗਿਆ ਮੈਨੂੰ ਵੀ। ਪਤਾ ਨਹੀਂ ਤੂੰ ਘਬਰਾਇਆ ਹੋਇਆ, ਤੇਰੇ 'ਚ ਕੈਪੇਬਿਲਿਟੀ ਬਹੁਤ ਹੈ ਪੁੱਤਰ, ਪਰ ਅੱਜ ਥੋੜ੍ਹਾ ਜਿਹਾ ਤੂੰ ਡਰਿਆ ਜਿਹਾ ਲੱਗਦਾ। ਕਿੱਟੂ ਭਾਅ ਜੀ, ਕਿਉਂ ਇੱਦਾਂ ਕਿਉਂ ਲੱਗ ਰਿਹਾ?
ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਬਚਪਨਾ ਹੈ ਔਰ ਉਹਨਾਂ ਵਾਸਤੇ ਐਡਾ ਵੱਡਾ ਪਲੈਟਫਾਰਮ ਇਹਦੇ 'ਚ ਥੋੜ੍ਹੀ ਬਹੁਤ ਔਰ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਪੂਰੇ ਔਰਕੈਸਟਰਾ ਦੇ ਨਾਲ ਇਸ ਤਰ੍ਹਾਂ ਕਦੇ ਗਾਇਆ ਨਹੀਂ, ਪਹਿਲੀ ਵਾਰੀ ਗਾਇਆ। ਇਹ ਨਹੀਂ ਟੈਨਸ਼ਨ ਲੈਣੀ ਬੇਟਾ ਜੀ ਕਿ ਤੁਸੀਂ ਠੀਕ ਨਹੀਂ ਗਾਇਆ, ਤੁਸੀਂ ਬਹੁਤ ਵਧੀਆ ਗਾਇਆ। ਲਲਕਾਰਾ ਮਾਰਨਾ ਆਉਂਦਾ ਪੰਜਾਬੀਆਂ ਵਾਲਾ? ਹਾਂਜੀ। ਮਾਰ ਕੇ ਦਿਖਾ ਚੱਲ। ਬਸ ਇੱਦਾਂ। ਕੀ ਬਾਤ ਹੈ, ਆ ਜਾ ਮਿੱਤਰਾ।